पहला पंडित देखा दे जेड़ा पल्यों दक्षिणा दिंदा रही सारे मत्था ही टकांदे। अच्छा महाराज किथे चलिया बच्चा आ 500 रुपए मैं तां दित्ते। मैं सुनिया हरिद्वार च शंख बड़े वधिया मिलदे हैं, मैनू लिया दी इक पूजा वास्ते। राम 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 राम, ले आऊंगा ले आऊंगा। चंगा महाराज जी, सुखी रहो बच्चा। मैनू नहीं पता सी पंडित दा, मैं तो सोचा जमांदरू कद वलियों छोटा है, ये तो भज भज के घसिया पिया। ਸੰਤੀ ਮਹਿੰਗਿਆ ਜਾ ਇਸ਼ਨਾਨ ਕਰਕੇ ਜਦੋਂ ਮੈਂ ਉਦੋਂ ਆਪਣਾ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਸੀ ਲੈ ਕੇ ਜਦੋਂ ਮੈਂ ਪਿੰਡ ਦੇ ਕੋਲੇ ਆਇਆ ਮੈਂ ਤੁਰੇ ਆਉਂਦੇ ਤੇ ਮੇਰੇ ਪਟੱਕ ਦੇਣੇ ਮਨ ਚ ਹੀ ਬੈਠੇ। ਪੰਡਿਤ ਉਹ ਬੀੜਾ ਬਹਿ ਗਿਆ, ਮੈਂ ਤਾਂ ਪੰਡਿਤ ਦਾ ਸੰਖ ਭੁੱਲਿਆ ਦਾ। ਉਹ ਭਜਨਿਆ ਬੀੜਾ ਬਹਿ ਗਿਆ, ਮੈਂ ਤਾਂ ਸੰਖ ਵਾਲੇ ਪੈਸੇ ਵੀ ਮੈਂ ਖਰਚ ਕਰ ਲਏ ਉਹਦੇ। ਪੰਡਿਤ ਕੱਬਾ ਬਲਦਾ ਬਈ ਸੜਕ ਦੇ ਸੱਜੇ ਪਾਸੇ ਦੇਖਿਆ ਮੈਂ ਸੰਤੀ ਇਹ ਸੰਖ ਵਰਗੀ ਇੱਕ ਚੀਜ਼ ਪਈ। ਉਹ ਬਣ ਗਈ ਗੱਲ ਬਈ ਜਮਾ ਹੀ ਸੰਖ। ਲੈ ਪੰਡਤਾ ਤੇਰੇ ਬਾਰੇ ਨਿਆਰੇ ਕਰ ਦੂ। ਆਹਾਂ ਜੈ ਹੋ ਜੈ ਹੋ। ਜਾ ਕੇ ਇਹਨੂੰ ਧੂਫ ਧਾਪ ਕਰਕੇ ਬਣਾਉਣੇ ਆ ਜਮਾ, ਬੇਫਿਕਰ। ਵਾਹ ਰੱਬਾ, ਆਹ ਤਾਂ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ। ਮੈਂ ਇਹਨੂੰ ਸੰਤੀ ਇਹ ਪਾਣੀ ਨਾਲ ਚੰਗੀ ਤਰ੍ਹਾਂ ਧੋਤਾ, ਧੋ ਕੇ ਉਹਨੂੰ ਮੈਂ ਲਾਲ ਲੀੜੇ ਦੇ ਵਿੱਚ ਲਪੇਟ ਕੇ ਪੰਡਤ ਨੂੰ ਫੜਾ। ਮਹਾਰਾਜ ਪੰਡਤ ਉਹ ਤੈ ਕਿਆ ਨਾ ਕਰੋ, ਪੰਡਤ ਜੀ ਤੁਸੀਂ ਨੇ ਮੈਨੂੰ ਆ ਲੈ ਸੰਖ। ਦੂਜੇ ਦਿਨ ਪੰਡਿਤ ਨੇ ਕਿਸੇ ਦੇ ਪੂਜਾ ਤੇ ਜਾਣਾ ਸੀ, ਉਹ ਤੁਹਾਨੂੰ ਧੂਪ ਬੱਤੀ ਦੇ ਕੇ ਗੰਗਾ ਜਲ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਲੈ ਗਿਆ ਉੱਥੇ। ਅੱਛਾ, ਧੋ ਕੇ ਜਦੋਂ ਸੰਖ ਵਜਾਉਣ ਲੱਗੇ। ਭਕਤੋ, ਸੰਖ ਵਜਾਣੇ ਸੇ ਕਰੋੜੋ ਪਾਪ ਦੂਰ ਹੋ ਜਾਤੇ ਹੈ, ਜੈਸੇ ਮੈਂ ਵਜਾ ਰਹਾ ਹੂੰ, ਯੇ ਦੇਖੋ। ਪੰਡਿਤ ਦਾ ਫੂਕਾ ਮਾਰ ਮਾਰ ਕੇ ਸੰਤੀ ਇਹ ਘੱਗਾਂ ਬਹਿ ਗਈਆਂ। ਪੰਡਿਤ ਫੜ ਆਪਣਾ ਸੰਕ। ਕਿਆ ਬਾਤ ਹੋ ਗਈ ਪੰਡਿਤ ਜੀ? ਓਏ ਆ ਤਾਂ ਬੋਲਦਾ ਹੀ ਨੀ। ਉਹ ਹੁਣ ਪੰਡਿਤ ਜੀ ਇਹਨੇ ਕੀ ਬੋਲਣਾ, ਬੋਲਦਾ ਤਾਂ ਇਹ ਉਦੋਂ ਹੁੰਦਾ ਸੀ ਜਦੋਂ ਇਹ ਜਿਉਂਦਾ ਸੀ। ਭਜਨਿਆ ਕੋਈ ਨਾ ਕੋਈ ਤੰਗ ਵਿਆਹ ਚ ਕਰਦਾ ਹੀ ਆ। ਪੱਕੀ ਗੱਲ, ਕੋਈ ਜਵਾਈ ਭਾਈ ਕੋਈ ਮੁੰਡੇ ਤੰਗ ਕਰਦੇ ਨੇ, ਇਹ ਤਾਂ ਕੋਈ ਵਿਆਹ ਹੋਇਆ ਜਿਹੜਾ ਸਿਰੇ ਚੜਦਾ। ਅਲੇ ਵਿਆਹ ਦੇ ਵਿੱਚ ਤਾਂ ਸੰਤੀ ਮੈਥੋਂ ਇੱਕ ਵਾਰੀ ਖਰਾਬੀ ਹੋਈ ਸੀ। ਉਹ ਕਿਵੇਂ? ਉਹ ਸੰਤੀ ਸਤਾਰਾ ਹੋਟਲ ਵਾਲਿਆਂ ਦਾ ਇੱਕ ਵਾਰੀ ਹਲਵਾਈ ਭੱਜ ਗਿਆ। ਆਹੋ, ਕੁਰਕਸ਼ੇਤਰ ਵਾਲੇ, ਉਹਨਾਂ ਨੇ ਕਿਤੇ ਵਿਆਹ ਦੀ ਸਾਈ ਫੜੀ ਹੋਈ ਸੀ। ਅੱਛਾ, ਮੈਨੂੰ ਕਹਿੰਦੇ ਭਜਨਿਆ ਕੰਮ ਬਹੁਤ ਖਰਾਬ ਹੈ, ਵੀ ਆਹ ਸਾਡਾ ਜੇ ਤੂੰ ਵਿਆਹ ਭੁਗਤਾ ਦੇਵੇਂ। ਮੈਂ ਮਾੜਾ ਮੋਟਾ ਹਲਵਾਈ ਦਾ ਕੰਮ ਕਰ ਲੈਂਦਾ। ਕੁੜੀ ਵਾਲੇ ਮੈਨੂੰ ਕਹਿੰਦੇ ਬਾਈ ਜੀ ਸਾਡੇ ਬਰਾਤੀ ਸਾਰੇ ਖਾਣ ਪੀਣ ਵਾਲੇ ਆ, ਆਹੋ ਤੇ ਮਸਾਲਾ ਥੋੜਾ ਚੰਗਾ ਪਾ ਕੇ ਇਹਦੇ ਵਧੀਆ ਕਰਾਰੇ ਪਕੌੜੇ ਬਣਾਉਣੇ ਚਾਹੀਦੇ ਆ। ਉਹ ਸੰਤੀ ਮੈਨੂੰ ਕਿਸੇ ਨੇ ਬੰਦੇ ਨੇ ਦੱਸਿਆ ਹੋਇਆ ਸੀ ਵੀ ਜੇ ਚੀਜ਼ ਥੋੜੀ ਬਹੁਤ ਕਰਾਰੀ ਬਣਾਉਣੀ ਹੋਵੇ ਨਾ ਉਹਦੇ ਵਿੱਚ ਮਿੱਠਾ ਸੋਡਾ ਪਾ ਦੇਈਦਾ। ਅੱਛਾ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮਿੱਠਾ ਸੋਡਾ ਪਾਉਣਾ ਕਿੰਨਾ ਕੁ। ਵੇ ਤੈਂ ਕੀ ਕੀਤਾ ਕਮਲਿਆ? ਮੈਂ ਸੰਤੀ ਜਿਹੜਾ ਪਕੌੜਿਆਂ ਦਾ ਬਣਾਇਆ ਸੀ ਆਟਾ ਜਾ ਉਹਦੇ ਚ ਚੱਕ ਕੇ ਥੱਬਾ ਮੈਂ ਮਿੱਠੇ ਸੋਡੇ ਦਾ ਮਾਰਿਆ। ਉਹ ਜੁੱਤੀਆਂ ਪਵਾਏਗਾ ਭਜਦਿਆਂ ਜੁੱਤੀਆਂ। ਉਹ ਖੜ ਜਾ, ਤੂੰ ਕਰਾਰੇ ਕਹਿੰਦੇ ਹੋ ਤੁਸੀਂ, ਮੈਂ ਕਿਹਾ ਸਿਰੇ ਲਾ ਦੂ ਗੱਲ। ਉਹ ਬਸ ਕਰ ਭਜਦਿਆਂ, ਅੱਜ ਤੂੰ ਦੇਖੀ ਜਾ, ਤੂੰ ਮੈਂ ਕਿਹਾ ਸਿਰੇ ਲਾ ਦੂ ਗੱਲ। ਕਰਾਰੇ ਕਹਿੰਦੇ ਤੁਸੀਂ ਸਾਨੂੰ ਯਾਦ ਨਾ ਜੇ ਰੱਖਿਆ ਸਾਰੀ ਜ਼ਿੰਦਗੀ ਤੇ ਸਾਈਆਂ ਇਸੇ ਕਰਕੇ ਹੋਰ ਮਿਲਣੀਆਂ ਸਾਨੂੰ, ਅੱਜ ਨਾ ਚੰਗਾ ਕੰਮ ਕਰਾਂਗੇ। ਉਹ ਬਸ ਕਰ ਭਜਦਿਆਂ, ਬਸ ਕਰ। ਉਹ ਕੋਈ ਗੱਲ ਨੀ, ਹੁਣ ਦੋ ਮੁੱਠੀਆਂ ਰਹਿ ਗਈਆਂ ਉਹ ਵੀ ਸਿਰ ਦੇ ਵਿੱਚ।
कोई गल रख दे बाकी है। हो मगे ते तरी कमा दो निकली उड़दी नु माज महंगिया कनिया। वे होया की सत श्रीकाल काका जी। सत श्रीकाल। पकौड़े किवें ठीक रहे जी? पकौड़ा काका जी लाग लेके जाना सी। आए किधर भज लाग तो इना डर गया। आए किवें आ चल तल के लाग तो असि लैके जाना है। गला मार दे बराती सारे डब्बे चक्की बाणा च तुरे फिर। हाय हाय लूज मोशन लग गए। ऐसे मोशन लगे ऐसे मोशन लगे फिर काम बड़गड़ लगता काम खराब हो गया। गल सुन। हां जी। उधर स्पीकर आले बोली जांदे भी बरात नूं लैके विआह आले मुंडे नूं लैके फटाफट आनंद कारज ते पहुंचो। की करियो कीता की भजने पकौड़े होर लिया। फिर मेरे दिमाग ने काम किया। चल कोई गल नहीं हुण बरातियां दा मुंह मिठा ही करवाना कड़ा ही सही। हां हुण जनाब गामणा उहनां नूं 10 किलो कित्थों लिया दिए। बुढ़िया ने अपनी स्कीम खोलती। बुढ़िया ने की कीता? उन्हां ने संत एक टुट्टिया जिहा पीपा लैके उहदे उपर बिंगा जिहा पक्खा नूं की कहिंदे आ टेबल फैन। घाटे पाए थले पुराना पीपा सी टिचक 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 करदा के दाड़ देने कड़ाहे च कड़ाहे दे विच पखे ने दा पाता खोरू। अच्छा बुढ़िया डरदियां मारियां बाजा मार ए मोदना वे सरदारिया ले लुटेगा ने बच्चियां नो। ਉਹਨਾਂ ਨੇ ਸਾਂ ਜਾ ਕਿਤੇ ਲੜਾਈ ਲਾ ਗਈ ਕੋਈ ਡਾਂਗ ਚੱਕੀ ਆਵੇ ਕੋਈ ਗੰਡਾਸਾ ਚੱਕੀ ਆਵੇ ਉਹਨਾਂ ਨੇ ਸਾਂਤੀ ਕੁੱਟ ਕੁੱਟ ਕੇ ਨਾ ਕੜਾਹੇ ਦੇ ਵਿੱਚ ਹੀ ਪੱਖੇ ਦਾ ਕਰੂਟਾ ਕਰ। ਪੱਖੇ ਨੇ ਸਾਰਾ ਕੜਾਹ ਚਾ ਕੇ ਕੰਧਾਂ ਨੂੰ ਲਾਤਾ। ਬਸ ਕਰੋ ਬਸ ਕਰੋ ਵਿੱਚ ਕੁੱਟੀ ਜਾਣ ਆ ਖਿੱਚਣੀ ਸੀ ਓ ਆ ਖਿੱਚਣੀ ਸੀ। ਓਏ ਹੋਏ 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 ਉਹ ਕਰੂਟਾ ਕਰਤਾ ਵਿੱਚ ਕੜਾ ਤਾਂ ਸਾਰਾ ਕੰਧਾਂ ਨੂੰ ਲਾਤਾ। ਓਏ ਹੋਏ ਹੋਏ ਇਹ ਤਾਂ ਭੋਰਾ ਨਹੀਂ ਛੱਡਿਆ ਸਾਰਾ ਕੰਧਾਂ ਨੂੰ ਲਾਤਾ ਪੱਖੇ ਨੇ। ਉਸਤਾਦ ਜੀ ਹਾਂ ਹੁਣ ਬਰਾਤੀਆਂ ਨੂੰ ਕਿਵੇਂ ਵਰਤਾਵਾਂਗੇ? ਬਰਾਤੀਆਂ ਨੂੰ ਕੀ ਵਰਤਾਉਣਾ ਵਰਤਾਉਣ ਜੋਗਾ ਤਾਂ ਭਾਈ ਇਹ ਰਿਹਾ ਹੀ ਨਹੀਂ।